किड जी वेयर किड्स लव टू लर्न, जो कि बाबा मक्खन शाह लुबाना नगर शाहबाजपुर श्री हरगोबिंद रोड टांडा विखे स्थित है। बीते दिन साड़ी पंजाब प्लस की टीम ने दौरा किया, आओ मार दें एक नज़र। आपने सर किड से भी भेजनी है। Thank you.
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਆਈ ਐਮ ਦੀਪਤੀ ਗੁਲਾਟੀ, ਪ੍ਰਿੰਸੀਪਲ ਆਫ ਕਿਡਜ਼ ਸਕੂਲ ਟਾਂਡਾ। ਲਾਸਟ 3 ਈਅਰ ਤੋਂ ਮੈਂ ਇਹ ਸਕੂਲ ਰਨ ਕਰ ਰਹੀ ਹਾਂ। ਮੈਂ ਅੱਜ ਤੁਹਾਨੂੰ ਸਕੂਲ ਦੀ ਰੈਗੂਲੇਸ਼ਨ ਦੇ ਬਾਰੇ ਦੱਸਦੀ ਹਾਂ, ਰੈਗੂਲਰਲੀ ਅਸੀਂ ਸਕੂਲ 'ਚ ਕੀ ਕਰੀਦਾ। ਸਟਾਰਟਿੰਗ ਫਰੋਮ ਦਾ ਅਟੈਂਡੈਂਸ ਅਸੈਂਬਲੀ, ਅਸੀਂ ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਸਵੇਰੇ ਖੁਦ ਬਾਹਰੋਂ ਪਿੱਕ ਕਰਨ ਚਾਹੀਦਾ। ਸਾਰੇ ਟੀਚਰਸ ਉੱਥੇ ਜਾਂਦੇ ਨੇ, ਬੱਚਿਆਂ ਦਾ ਵੈਲਕਮ ਕਰੀਦਾ। ਅਸੀਂ ਸਭ ਬੱਚਿਆਂ ਨੂੰ ਵਿਸ਼ ਕਰੀਦੀ ਹੈ, ਗੁੱਡ ਮਾਰਨਿੰਗ ਐਵਰੀਵਨ, ਗੁੱਡ ਮਾਰਨਿੰਗ। ਔਰ ਉਸ ਤੋਂ ਬਾਅਦ 'ਚ ਅਸੀਂ ਬੱਚਿਆਂ ਨੂੰ ਕਲਾਸਿਸ ਦੇ ਵਿੱਚ ਲੈ ਕੇ ਜਾਈਦਾ, ਫਿਰ ਉਸ ਤੋਂ ਬਾਅਦ 'ਚ ਅਸੀਂ ਉਹਨਾਂ ਨੂੰ ਅਸੈਂਬਲੀ ਵਾਸਤੇ ਬਾਹਰ ਨਿਕਾਲੀਦਾ। ਅਸੈਂਬਲੀ ਦੇ ਵਿੱਚ ਅਸੀਂ ਉਹਨਾਂ ਨੂੰ ਪਾਠ, ਪ੍ਰੇਅਰ, ਗਾਇਤਰੀ ਮੰਤਰ, ਸਾਰਾ ਕੁਝ ਅਸੀਂ ਉਹਨਾਂ ਨੂੰ ਸਿਖਾਈਦਾ। ਇਸ ਦੇ ਨਾਲ ਹੀ ਅਸੀਂ ਉਹਨਾਂ ਨੂੰ ਫਿਜ਼ੀਕਲ ਐਕਸਰਸਾਈਜ਼ ਵੀ ਕਰਵਾਉਂਦੇ ਹਾਂ। ਫਿਜ਼ੀਕਲ ਐਕਸਰਸਾਈਜ਼ ਤੋਂ ਬਾਅਦ 'ਚੋਂ ਅਸੀਂ ਉਹਨਾਂ ਨੂੰ ਨੈਸ਼ਨਲ ਐਂਥਮ ਕਰਵਾਈਦੀ ਹੈ। ਨੈਸ਼ਨਲ ਐਂਥਮ ਕਰਵਾਉਣ ਤੋਂ ਬਾਅਦ 'ਚੋਂ ਵਾਪਸ ਉਹਨਾਂ ਨੂੰ ਕਲਾਸ 'ਚ ਲੈ ਕੇ ਜਾਈਦਾ। ਕਲਾਸ 'ਚ ਜਦੋਂ ਬੱਚੇ ਜਾਂਦੇ ਨੇ, ਅਸੀਂ ਹਰ ਬੱਚੇ ਲਈ ਇੱਕ ਅਲੱਗ ਨਿਆ ਕੁਛ ਨਾ ਕੁਛ ਨਿਆ ਰੱਖਿਆ ਹੁੰਦਾ ਹੈ। ਲਾਈਕ ਅੱਜ ਜਿਵੇਂ ਅਸੀਂ ਡਾਂਸ ਕਲਾਸ ਰੱਖੀ ਹੈ ਬੱਚਿਆਂ ਲਈ, ਤਾਂ ਸਾਰੇ ਬੱਚੇ ਡਾਂਸ ਕਲਾਸ ਲਈ ਆਉਣਗੇ। ਉੱਥੇ 5-5, 10-10 ਮਿੰਟਸ ਵਾਸਤੇ ਅਸੀਂ ਉਹਨਾਂ ਨੂੰ ਬ੍ਰੇਕ ਦੇ ਕੇ ਅਸੀਂ ਉਹਨਾਂ ਦਾ ਇੱਕ ਸੈਸ਼ਨ ਲਗਾਇਆ ਹੁੰਦਾ ਹਰ ਬੱਚੇ ਦਾ। ਡਾਂਸ ਕਲਾਸ ਤੋਂ ਬਾਅਦ 'ਚੋਂ ਅਸੀਂ ਉਹਨਾਂ ਨੂੰ ਉੱਪਰ ਆਪਣੇ ਰੂਮ 'ਚ ਲੈ ਕੇ ਜਾਈਦਾ ਸਟੱਡੀ ਕਰਨ ਵਾਸਤੇ, ਸਟੱਡੀ ਕਰਵਾਈ ਦੀ ਹੈ। ਸਟੱਡੀ ਦੇ ਨਾਲ ਨਾਲ ਵਿੱਚ ਸਾਡਾ ਥੋੜ੍ਹਾ ਜਿਹਾ ਪੀਰੀਅਡ ਹੁੰਦਾ ਫਰੀ ਪਲੇ ਏਰੀਆ ਦਾ। ਫਰੀ ਪਲੇ ਦੇ ਵਿੱਚ ਕੀ ਹੁੰਦਾ ਕਿ ਅਸੀਂ ਉਸ ਬੱਚਿਆਂ ਨੂੰ ਫਰੀਲੀ ਖੇਲਣ ਦੇਈਦਾ, ਬਟ ਅਲਿਊਮ ਪਾਰਟਸ ਦੇ ਨਾਲ। ਅਲਿਊਮ ਪਾਰਟਸ ਦੇ ਵਿੱਚ ਕੀ ਹੁੰਦਾ, ਬੱਚੇ ਕਲਰਿੰਗਸ ਦੇ ਨਾਲ ਫੈਮੀਲੀਅਰ ਹੁੰਦੇ ਨੇ। ਫਰੂਟਸ, ਵੈਜੀਟੇਬਲਸ, ਬਹੁਤ ਕੁਛ ਅਸੀਂ ਉੱਤੇ ਰੱਖਿਆ ਹੁੰਦਾ ਅਲਿਊਮਰ, ਉਹਦੇ ਨਾਲ ਬੱਚੇ ਉਹਨਾਂ ਨਾਲ ਪਲੇ ਕਰਦੇ ਔਰ ਕੁਛ ਨਾ ਕੁਛ ਨਵਾਂ ਸਿੱਖਦੇ ਰਹਿੰਦੇ ਨੇ ਉਹਦੇ ਨਾਲ ਨਾਲ। ਫਿਰ ਉਸ ਤੋਂ ਬਾਅਦ 'ਚੋਂ ਅਸੀਂ ਜਦੋਂ ਉਹਨਾਂ ਨੂੰ ਸਟੱਡੀ ਵਾਸਤੇ ਲੈ ਕੇ ਜਾਈਦਾ, ਸਟੱਡੀ ਕਰਾਉਣ ਲੱਗੇ ਜਦੋਂ ਅਸੀਂ ਉਹਨਾਂ ਨੂੰ ਕਾਪੀਸ ਪਕੜਾਈਦੇ ਹਾਂ, ਤਾਂ ਟੀਚਰਸ ਅਤੇ ਅਟੈਂਡੈਂਟ ਉਹਨਾਂ ਨੂੰ ਗਾਈਡ ਕਰਦੇ ਚੰਗੀ ਤਰ੍ਹਾਂ ਕਿ ਤੁਸੀਂ ਅੱਜ ਕੀ ਕਰਨਾ ਹੈ। ਉਹਨਾਂ ਨੂੰ ਸਮਝਾਉਣ ਤੋਂ ਬਾਅਦ 'ਚ ਹੀ ਅਸੀਂ ਉਹਨਾਂ ਨੂੰ ਦੱਸੀਦਾ ਕਿ ਅੱਜ ਦਾ ਤੁਹਾਡਾ ਜੋ ਪੀਰੀਅਡ ਹੈ ਉਹਦੇ ਵਿੱਚ ਤੁਸੀਂ ਅਲਫਾਬੈਟਸ ਕਰਨੇ ਆ ਜਾਂ ਨੰਬਰਸ ਕਰਨੇ ਆ। ਫਿਰ ਜਦੋਂ ਸਾਡਾ ਖਾਣੇ ਦਾ ਟਾਈਮ ਆਉਂਦਾ, ਖਾਣੇ ਦਾ ਟਾਈਮ ਅਸੀਂ ਹਮੇਸ਼ਾ ਬੱਚਿਆਂ ਨੂੰ ਪਹਿਲਾਂ ਐਪਰਨ ਵੇਅਰ ਕਰਵਾਈਦੇ ਆ। ਐਪਰਨ ਵੇਅਰ ਕਰਵਾਉਣ ਤੋਂ ਬਾਅਦ 'ਚੋਂ ਉਹਨਾਂ ਦੇ ਹੱਥ ਸੈਨੇਟਾਈਜ਼ ਕਰਾਈਦੇ ਆ। ਫਿਰ ਉਹਨਾਂ ਨੂੰ ਪਲੇਟ ਸਰਵ ਹੁੰਦੀ ਹੈ। ਪਲੇਟ ਸਰਵ ਕਰਨ ਤੋਂ ਬਾਅਦ 'ਚ ਅਸੀਂ ਉਹਨਾਂ ਨੂੰ ਹੱਥ ਜੋੜਾ ਕੇ ਪ੍ਰੇਅਰ ਕਰਵਾਈਦੀ ਆ। ਪ੍ਰੇਅਰ ਕਰਵਾਈਦੇ ਹਾਂ, ਪ੍ਰੇਅਰ, ਥੈਂਕ ਯੂ ਗੋਡ ਫੋਰ ਗਿਵਿੰਗ ਅਸ ਫੂਡ। ਪ੍ਰੇਅਰ ਕਰਵਾਉਣ ਤੋਂ ਬਾਅਦ ਵਿੱਚ ਅਸੀਂ ਉਹਨਾਂ ਨੂੰ ਖਾਣਾ ਸਟਾਰਟ ਕਰਵਾਈਦਾ। ਖਾਣਾ ਸਟਾਰਟ ਕਰਨ ਤੋਂ ਬਾਅਦ 'ਚੋਂ 1 by 1 ਸਾਰੇ ਬੱਚਿਆਂ ਦਾ ਹੈਂਡ ਵਾਸ਼ ਕਰਵਾਈਦੇ ਆ। ਹਰ ਇੱਕ ਐਕਟੀਵਿਟੀ ਦੇ ਵਿੱਚ ਆਪਾਂ ਥੋੜ੍ਹਾ ਥੋੜ੍ਹਾ ਛੋਟਾ ਛੋਟਾ ਟ੍ਰਾਂਸੈਕਸ਼ਨ ਪੀਰੀਅਡ ਜ਼ਰੂਰ ਰੱਖੀਦਾ ਕਿ ਬੱਚਿਆਂ ਨੂੰ ਥੋੜ੍ਹਾ ਜਿਹਾ ਇੱਕ ਚੀਜ਼ ਤੋਂ ਦੂਸਰੀ ਚੀਜ਼ ਤੱਕ ਲੈ ਕੇ ਜਾਣ ਵਾਸਤੇ ਉਹਨਾਂ ਨੂੰ ਥੋੜ੍ਹਾ ਜਿਹਾ ਮੋਟੀਵੇਟ ਕਰੀਦਾ। ਕਲੈਪ ਯੋਰ ਹੈਂਡ, ਵੇਵ ਯੋਰ ਹੈਂਡਸ, ਰਾਈਮ ਸੈਕਸ਼ਨ 'ਚ ਲੈ ਕੇ ਜਾਣਾ। ਸਟੱਡੀ ਦੇ ਨਾਲ ਦੂਸਰੀ ਤਰਫ ਅਸੀਂ ਅਗਰ ਰਾਈਮਸ 'ਚ ਲੈ ਕੇ ਜਾਣਾ ਤਾਂ ਛੋਟਾ ਜਿਹਾ ਇੱਕ ਟ੍ਰਾਂਸੈਕਸ਼ਨ ਪੀਰੀਅਡ। ਰਾਈਮ ਕਰਵਾਉਂਦੇ ਵਕਤ ਅਸੀਂ ਸਾਰੀਆਂ ਰਾਈਮਸ ਕਰਵਾਈਦੇ ਹਾਂ। ਇਹ ਨਹੀਂ ਹੈ ਕਿ ਸਿਰਫ ਅਸੀਂ ਇੰਗਲਿਸ਼ ਦੀਆਂ ਰਾਈਮਸ ਕਰਵਾਉਣੀਆਂ, ਅਸੀਂ ਇੰਗਲਿਸ਼ ਦੇ ਨਾਲ ਪੰਜਾਬੀ ਦੀ ਰਾਈਮਸ ਵੀ ਕਰਵਾਉਂਦੇ ਹਾਂ, ਹਿੰਦੀ ਦੀ ਰਾਈਮਸ ਵੀ ਕਰਵਾਉਂਦੇ ਹਾਂ। ਬੱਚਿਆਂ ਨੂੰ ਹਰ ਇੱਕ ਚੀਜ਼ ਦਿਖਾਈ ਦੀ ਅਸੀਂ ਉਹਨੂੰ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਵਿਵੇਕ ਗੁਲਾਟੀ ਹੈ, ਮੈਂ ਜਲੰਧਰ ਦਾ ਰਹਿਣ ਵਾਲਾ ਹਾਂ। ਮੈਂ ਆਪਣਾ ਸਕੂਲ ਕਿਡਜ਼ੀ ਸਕੂਲ ਟਾਂਡਾ ਆਪਣੇ ਤੁਹਾਡੇ ਸ਼ਹਿਰ ਟਾਂਡੇ 'ਚ ਖੋਲ੍ਹਿਆ। ਮੇਰਾ ਮੇਨ ਮਕਸਦ ਹੀ ਇਹੀ ਸੀਗਾ ਕਿ ਹਾਂ ਵੀ ਜਿੱਦਾਂ ਬਾਕੀ ਸ਼ਹਿਰਾਂ ਦੇ ਬੱਚਿਆਂ ਨੂੰ ਵਧੀਆ ਸਟੱਡੀ ਪ੍ਰੋਵਾਈਡ ਹੁੰਦੀ ਹੈ, ਮੈਂ ਉਹੀ ਇੱਕ ਵਧੀਆ ਕੁਆਲਿਟੀ ਆਪਣੇ ਟਾਂਡੇ ਦੇ ਬੱਚਿਆਂ ਨੂੰ ਉਹੀ ਨੋਮੀਨਲ ਚਾਰਜਿਸ ਵਿੱਚ ਸਭ ਦਿਲਾਵਾਂ। ਮੈਂ ਇੱਥੇ ਬਹੁਤ ਸਾਰੀਆਂ ਫੈਸਿਲਿਟੀਆਂ ਲੈ ਕੇ ਆਇਆ। ਮੈਂ ਇਹੀ ਸਟਾਰਟ ਕੀਤੀ ਹੈ ਇੱਥੇ ਕਿ ਹਾਂ ਵੀ ਬੱਸਿਸ ਦੇ ਨਾਲ, ਮੇਰੀ ਵੈਨਸ ਦੇ ਨਾਲ ਅਟੈਂਡੈਂਟ ਮੇਟਸ ਜਾਣਗੀਆਂ, ਜਿਹੜਾ ਗੱਡੀ ਵਿੱਚ ਬੱਚਿਆਂ ਦਾ ਧਿਆਨ ਰੱਖਣਗੀਆਂ। ਸਿਰਫ ਉਸ ਨਾਲ ਉਹਨਾਂ ਨੂੰ ਘਰਦਿਆਂ ਨੂੰ ਹੀ ਬੱਚੇ ਫੜਾਏ ਜਾਣਗੇ, ਕਿਸੇ ਹੋਰ ਨੂੰ ਹੈਂਡ ਓਵਰ ਨਹੀਂ ਹੋਣਗੇ। ਮੰਨ ਲਓ ਕੋਈ ਰਿਸ਼ਤੇਦਾਰ ਆਉਂਦਾ, ਕੋਈ ਕਹਿੰਦਾ ਮੇਰੀ ਚਾਚੀ ਹਾਂ, ਮੈਂ ਇਹਦੀ ਤਾਈ ਜੀ ਹਾਂ। ਨਹੀਂ, ਮਦਰ ਦੇ ਹੱਥੋਂ ਬੱਚਾ ਲਿੱਤਾ ਸੀ, ਮਦਰ ਦੇ ਹੱਥ ਹੀ ਹੈਂਡ ਓਵਰ ਕਰਨਾ ਬੱਚਾ। ਹੋਰ ਵੀ ਬਹੁਤ ਕੁਛ ਹੁੰਦਾ ਹੈ ਸਾਡੇ ਸਕੂਲ, ਜਿਵੇਂ ਦੀ ਦੇਖੋ ਕਿ ਆਪਾਂ ਬੱਚਿਆਂ ਨੂੰ ਆਊਟਡੋਰ ਵਿਜ਼ਿਟ ਕਰਵਾਈ ਦੀ ਹੈ, ਕਿਤੇ ਆਪਾਂ ਲੈ ਗਏ ਦੁਸ਼ਮਣ ਲੈ ਗਏ, ਬੱਚਿਆਂ ਨੂੰ ਕਮਾਨ ਫਰਾਨ ਵੰਡਰਲੈਂਡ ਲੈ ਗਏ। ਉੱਥੇ ਇਹ ਹੈਗਾ ਕਿ ਹਾਂ ਇੱਕ ਬੱਚੇ ਨੂੰ ਐਕਸਪਲੋਜਰ ਮਿਲਦਾ ਹੈ ਆਪਣੇ ਆਪ 'ਚ ਕਿ ਆਉਣ ਦੀ ਆਲ ਸਾਡੀ ਜਿਹੜੀ ਅਨਗੁਆਂਡ ਸੁਸਾਇਟੀ ਹੈਗੀ ਹੈ ਉਹ 'ਚ ਕਿਹੋ ਜਿਹਾ ਵਿਹਾਰ ਚੱਲਦਾ, ਵਿਹਾਰ ਦੀ ਇਨ ਸੈਂਸ ਕਿ ਹਾਂ ਵੀ ਕਿੱਦਾਂ ਦਾ ਵਰਤਾਵ ਕਰਨਾ ਚਾਹੀਦਾ, ਐਕਟੀਵਿਟੀਜ਼ ਕਿੱਦਾਂ ਕਿੱਦਾਂ ਦੀ ਹੁੰਦੀਆਂ। ਅਸੀਂ ਮਤਲਬ ਬੱਚਿਆਂ ਨੂੰ ਕਲਰ ਐਕਟੀਵਿਟੀ ਕਰਵਾਉਂਦੇ, ਕਲਰ ਕੰਪੀਟੀਸ਼ਨ ਕਰਵਾਉਂਦੇ ਹਾਂ ਬੱਚਿਆਂ ਦਾ ਕਿ ਅੰਦਰੂਨੀ ਜੋ ਉਹਦੇ ਐਕਸਪਲੋਜਰ ਹੈਗਾ ਬੱਚਾ ਖੁੱਲ੍ਹ ਕੇ ਕਰੇ। ਅਸੀਂ ਦੀਵਾਲੀ ਸੈਲੀਬ੍ਰੇਸ਼ਨ ਕਰਦੇ ਹਾਂ, ਰਿਪਬਲਿਕ ਡੇ, ਗੁਰਪੁਰਬ ਮਨਾਉਂਦੇ ਹਾਂ, ਬੱਚਿਆਂ ਨੂੰ ਆਪਣੀ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹਾਂ ਕਿ ਹਾਂ ਵੀ ਜੋ ਸਾਡੇ ਸੰਸਕਾਰ ਹੈਗੇ ਹੈ ਅਸੀਂ ਉਹਨਾਂ ਨਾਲ ਵੀ ਜੁੜੇ ਰਹੀਏ। ਮੋਰਨਿੰਗ ਜਿੱਦਾਂ ਮੈਮ ਸਾਡੇ ਦੱਸਦੇ ਹੈਗੇ ਹੈ, ਬੱਚਿਆਂ ਨੂੰ ਆਪਾਂ ਸ਼ਬਦ ਵੀ ਸਿਖਾਈਦਾ, ਗਾਇਤਰੀ ਮੰਤਰ ਵੀ ਸਿਖਾਈਦਾ। ਮਤਲਬ ਹਰ ਅਸੀਂ ਮਤਲਬ ਧਰਮ ਦੇ ਨਾਲ ਜੁੜੇ ਹਾਂ, ਬੱਚਿਆਂ ਦੀ ਇੱਕ ਨੀਂਹ ਪੱਕੀ ਕਰਦੇ ਪਏ ਹਾਂ ਕਿ ਬੱਚੇ ਆਪਣੇ ਸਮਾਜ ਦੇ ਨਾਲ, ਆਪਣੀ ਨੀਂਹ ਦੇ ਨਾਲ ਜੁੜੇ ਰਹਿਣ ਹਮੇਸ਼ਾ।